ਪਹਿਲਾਂ ਮੈਚ ਜਿਹਦੀ ਸ਼ੁਰੂਆਤ ਹੋ ਜਾਣੀ ਹੈ। ਸਿਸਟਮ ਦੀ ਗੱਲ ਦੇ ਵੀਡੀਓ ਸਮੇਂ ਦੀ ਗੱਲ ਹੈ, ਸਮਾਂ ਬਲਵਾਨ ਹੈ, ਸਮਾਂ ਮਹਾਨ ਹੈ। ਨਾ ਮੱਖਣ ਹੈ ਕਹਿੰਦੇ ਵੀ ਮੁੰਡੇ ਦਾ ਨਾਮ ਮੇਰੇ ਵੀਡੀਓ ਕਬੱਡੀ ਤੇ ਲੱਗ ਗਿਆ ਜੱਫਾ ਤੇ ਧਾਰੀ ਗਿਆ ਡੱਕ ਗਿਆ ਚੜ ਗਿਆ ਨਸ਼ਾ ਜਾਰੋ ਜਿਹੜੇ ਜਿਹੜੇ ਤੱਕਿਆ ਚੜ ਗਿਆ ਨਸ਼ਾ ਜਾਰੋ ਜਿਹੜੇ ਦੁੱਲਾ ਵੀ ਬਕਿਆ ਵਾਲਾ ਪੰਜਾਬ ਕਬੱਡੀ ਦਾ ਮਹਾਨ ਖਿਡਾਰੀ ਕਬੱਡੀ ਦਾ ਮੱਚਦਾ ਅੰਗਿਆਰ ਖੇਡ ਮੈਦਾਨ ਵਿੱਚ ਲਓ ਫਿਰ ਜੱਸੀ ਨੇ ਕਬੱਡੀ ਪਾ ਦਿੱਤੀ। ਦੂਜੇ ਪਾਸੇ ਕੌਣ ਮੇਰੇ ਵੀਡੀਓ ਇਹ ਗੋਪੀ ਹੈ ਕਹਿੰਦੇ ਵੀ ਖੇਡ ਮੈਦਾਨ ਵਿੱਚ ਬਰਮਾਲੀ ਕੁੜੀਆਂ ਜਿਹਨੇ ਜੱਫਾ ਲਾਤਾ ਪਾਣੀ ਜਿਹੜਾ ਖੇਡ ਮੈਦਾਨ ਵਿੱਚ ਕੋਈ ਨਾ ਕਰ ਦਿੱਤਾ ਜਾਵੇ। ਮੈਂ ਬੇਨਤੀ ਕਰਾਂ ਵੀ ਪਾਣੀ ਪਲੀਜ਼ ਖੇਡ ਮੈਦਾਨ ਦੇ ਵਿੱਚ ਪਹੁੰਚਦਾ ਕਰ ਦਿੱਤਾ ਜਾਵੇ। ਸੁਖੇ ਪਾਣੀ ਜੀ ਮੇਰਾ ਨਾਮ ਟੈਂਟ ਹਾਊਸ ਵਾਲੇ ਸਾਡੇ ਵੀਰ ਉਹਨਾਂ ਦੀ ਜਿਹੜੀ ਵਿੱਕੀ ਨੰਬਰ ਜੀ ਟੈਂਟ ਹਾਊਸ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਪਾਣੀ ਜ਼ਰੂਰ ਆਪਾਂ ਪਹੁੰਚਦਾ ਕਰ ਦਈਏ। ਲਾਲੀ ਟੈਂਟ ਹਾਊਸ ਦੇ ਵੀ ਜਿੱਤੇ ਵਾਸ ਹੁੰਦੇ ਹਨ ਉਹ ਸਟੇਜ ਪਾਣੀ ਜ਼ਰੂਰ ਪਾਉਣਾ ਕਰਨਗੇ ਤੇ ਨਾਲ ਹੀ ਗ੍ਰਾਮ ਵਿੱਚ ਵੀ ਪਾਣੀ ਪਲੇਅਰਾਂ ਦੇ ਵਾਸਤੇ ਪਾਉਣਾ ਜੀ ਕਰਨਗੇ। ਲਓ ਸਮਾਂ ਵੀ ਆਪਣੀ ਚਾਲ ਚੱਲਦਾ ਜਾ ਰਿਹਾ ਮੇਰੇ ਵੀਰੋ, ਲਗਭਗ 12:40 ਦਾ ਸਮਾਂ ਜਿਹੜਾ ਹੋ ਚੁੱਕਾ ਤੇ ਸਮੇਂ ਨਾਲ ਕੀਤੇ ਕੰਮ ਚੰਗੇ ਲੱਗਦੇ ਨੇ ਸਭ ਨੂੰ ਜੋ ਖੁਦ ਜਾਂਦੇ ਸਮੇਂ ਤੋਂ ਉਹ ਦੋਸ਼ ਦਿੰਦੇ ਰੱਬ ਨੂੰ। 12 ਸਮਾਂ ਨਾ ਆਵੇ ਕਿਸੇ ਤੇ ਕਰੋ ਦੁਆਵਾਂ ਸੱਚੀਆਂ, ਸਮਾਂ ਕਰੇ ਬਰਬਾਦ ਬੰਦੇ ਨੂੰ, ਸਮਾਂ ਦੇਵੇ ਤਰੱਕੀਆਂ, ਸਮਾਂ ਹਸਾਵੇ, ਸਮਾਂ ਰੁਲਾਵੇ, ਭੇਦ ਸਮੇਂ ਦਾ ਸਮਝ ਨਾ ਆਵੇ, ਰਾਜੇ ਖੇਲੇ ਤੁਰਨਾ ਪੈਂਦਾ ਅੰਤ ਸਮਾਂ ਜਦੋਂ ਸਿਰ ਤੇ ਆਵੇ। ਸਮੇਂ ਦੀਆਂ ਰਾਤਾਂ ਮੇਰੇ ਵੀਰੋ ਲਓ ਖੇਡ ਮੈਦਾਨ ਵਿੱਚ ਉਹਦਾ ਕਬੱਡੀ ਪਾ ਰਿਹਾ ਮੱਲੀਆਂ ਪਿੰਡ ਮੱਲੀਆਂ ਵਾਲੇ ਤੋਤੇ ਨੂੰ ਆਪਣਾ ਤਾਲ ਮਾਰਦਾ ਵਿੱਚ ਭਲਵਾਨ ਨੂੰ ਐਨ ਕਹਿੰਦਾ ਵੀ ਜਿਹਦੀ ਮਿਹਨਤ ਭਲਵਾਨੀ ਹੋਇਆ ਅਖਾਣਾ ਵਿੱਚ ਭਲਵਾਨ ਸਾਹਿਬ ਇੱਥੇ ਮਿਹਨਤ ਕਰਦਾ ਮੁੰਡਾ ਤੇ ਖੇਡ ਮੈਦਾਨ ਵਿੱਚ ਲਾਡੇ ਖਾਦਪੁਰ ਰਾਜਪੂਤਾਂ ਵਾਲੇ ਦਾ ਫੈਸਲਾ ਵੀ ਨੰਬਰ ਜਿਹੜਾ ਇੱਥੇ ਖੇਡ ਮੈਦਾਨ ਦੇ ਵਿੱਚ ਰੇਡਰ ਦਾ ਉਹਦੇ ਮੱਲੀਆਂ ਵਾਲੇ ਦਾ ਨੰਬਰ ਖੇਡ ਮੈਦਾਨ ਦੇ ਵਿੱਚ ਚੰਦਰੀ ਬਿੱਟੂ ਪਾ ਕਬੱਡੀ ਨੌਜਵਾਨ ਉਧਰ ਖੇਡ ਮੈਦਾਨ ਦੇ ਵਿੱਚ ਚਾਰ ਖਿਡਾਰੀ ਹੈ ਇੱਕ ਪਾਸੇ ਗਿੰਦਾ ਏ ਨਾਲ ਕਹਿੰਦੇ ਵੀ ਸਾਬੀ ਏ ਨਾਲ ਗੋਪੀ ਏ ਨਾਲ ਮੰਗੀ ਏ ਕਹਿੰਦੇ ਵੀ ਜਹਾਂਗੀਰ ਵਾਲਾ ਜਿਹੜਾ ਮੱਲੀਆਂ ਦੀ ਟੀਮ ਦੇ ਚਾਰ ਖਿਡਾਰੀਆਂ ਦੇ ਵਿੱਚੋਂ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਬਾਬੀ ਕਲਾਰ ਸਾਡਾ ਵੀਰ ਫੈਸਲੇ ਦੇ ਰਿਹਾ ਵੀ ਨੰਬਰ ਜਿਹੜਾ ਇਸ ਦੇ ਖੇਡ ਮੈਦਾਨ ਦੇ ਵਿੱਚ ਰੇਡਰ ਦਾ ਨੰਬਰ ਜਿਹੜਾ ਰੇਡਰ ਦਾ ਚਾਨਵੀ ਰੁਪਿੰਦਰ ਪਾ ਕਬੱਡੀ ਨੌਜਵਾਨ ਰੁਪਿੰਦਰ ਕਬੱਡੀ ਪਾ ਰਿਹਾ ਬੰਬਾ ਨਵਾਜੀਪੁਰ ਦੀ ਪਰਮਜੀਤ ਸਿੰਘ ਦੀ ਜੋਸ਼ਨ ਕਹੀਏ ਦੁਨੀਆ ਘੱਟ ਜਾਣਦੀ ਹੈ ਬੰਬਾ ਕੁਝ ਕਹੀਏ ਦੁਨੀਆ ਜਾਣਦੀ ਉਹ ਵੀ ਸਾਡੇ ਦਰਮਿਆਨ ਪੁੱਜ ਗਿਆ ਧੰਨਵਾਦ ਹੈ ਸਵਾਗਤ ਹੈ ਜਿਹੜੇ ਕਰਮੀਆਂ ਦੇ ਦਿਨਾਂ ਵਿੱਚ ਵੀ ਮੈਚ ਕਰਵਾਉਂਦੇ ਆ ਜਿਹੜੇ ਬਸਤੀਆਂ ਦੇ ਵਿੱਚ ਕਬੱਡੀ ਟ੍ਰੇਨਿੰਗ ਕੈਂਪ ਲਾਉਂਦੇ ਆ ਉਹਨਾਂ ਦਾ ਵੀ ਸਵਾਗਤ ਕੀਤਾ ਜਾ ਰਿਹਾ ਮੁਬਾਰਕਬਾਦ ਵੀ ਦਿੱਤੀ ਜਾ ਰਹੀ ਹੈ ਆਓ ਸਾਹਮਣੇ ਕਰਵਿੰਦਰ ਦੂਲੇ ਵਾਲ ਖਹਿਰਿਆ ਵਾਲਾ ਤੇ ਰੁਪਿੰਦਰ ਮੱਲੀਆਂ ਵਾਲੇ ਵਿਚਕਾਰ ਟੱਕਰ ਹੈ ਤਾੜੀਆਂ ਵਾਲਾ ਰੱਬ ਵਰਗੇ ਦੱਸ ਕੀ ਰਿਹਾ ਪਾਣੀ ਜ਼ਰੂਰ ਪਹੁੰਚਦਾ ਕਰ ਦਿੱਤਾ ਜਾਵੇ ਮੈਂ ਬੇਨਤੀ ਕਰਾਂਗਾ ਪਲੀਜ਼ ਪਾਣੀ ਸਾਡੇ ਟੈਂਟ ਹਾਊਸ ਵਾਲੇ ਵੀਰਾਂ ਨੂੰ ਬੇਨਤੀ ਹੈ ਧੰਨਵਾਦ ਹੈ ਆਪੋ ਆਪਣੀਆਂ ਡੂਬੀਆਂ ਮੈਂ ਡੂਬੀ ਦੇ ਨਾਲ ਨਿਭਾਈਏ ਫਿਰ ਬੇਨਤੀ ਮੈਂ ਕਰ ਦਵਾਂ ਵੀ ਦੋਵੇਂ ਟੀਮਾਂ ਜਿਹੜੀਆਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅਕੈਡਮੀਆਂ ਬਿੱਦੂ ਫੁਰਾਣੇ ਵਾਲਾ ਆਪਣੀ ਟੀਮ ਲੈ ਕੇ ਆ ਜਾਵੇ ਸੋ ਬੇਨਤੀ ਆ ਵੀ ਬੀਬੀਐਸ ਕਬੱਡੀ ਕਲੱਬ ਰੌਣਕੇ ਦੀ ਟੀਮ ਤੇ ਕੋਟਲੀ ਖਾਲ ਸਿੰਘ ਦਾ ਪਹਿਲਾ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਠੀਕ 1 ਵਜੇ ਦਾ ਸਮਾਂ ਜਿਹੜਾ ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਦਿੱਤਾ ਗਿਆ ਕੋਚਾਂ ਨੂੰ 1 ਵਜੇ ਦਾ ਸਮਾਂ ਦਿੱਤਾ ਗਿਆ ਆਓ ਫਿਰ ਮੈਦਾਨ ਵਿੱਚ ਇਸ ਵੇਲੇ ਕਬੱਡੀ ਦੇ ਨੰਬਰ ਮੱਖਣ ਬਲ 9 ਵਾਲਾ ਮੱਲੀਆਂ ਦੀ ਟੀਮ ਦੇ ਲਈ ਜੋੜਦਾ ਇੱਕ ਨੰਬਰ ਖੇਡ ਮੈਦਾਨ ਦੇ ਵਿੱਚ ਮੱਲੀਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਧੰਨਵਾਦ ਹੈ ਬਹੁਤ ਹੀ ਸਤਿਕਾਰਯੋਗ ਦਰਸ਼ਕ ਜਿਹੜੇ ਪੁੱਜਦੇ ਜਾ ਰਹੇ ਹੈ ਸਿਰਾ ਦਰਸ਼ਕਾਂ ਦਾ ਕਰਕੇ ਜਿਹੜਾ ਖੇਡ ਮੇਲੇ ਕਰਵਾਏ ਜਾਂਦੇ ਆ ਗੋਪੀ ਮੈਂ 10 ਵਾਰੀ ਕਹਿਤਾ ਭਰਾ ਹੁਣ ਪਾਣੀ ਲੈ ਕੇ ਆਉਣਾ ਜਿਹੜਾ ਵੀਰਾਂ ਦੀ ਡਿਊਟੀ ਹੈ ਉਹਨਾਂ ਨੇ ਹੈ ਕਿਉਂਕਿ ਮੇਰੀ ਡਿਊਟੀ ਬੋਲਣਾ ਤਾਂ ਮੈਂ 10 ਵਾਰੀ ਕਹਿ ਦਿੱਤਾ ਵੀ ਪਾਣੀ ਪਲੀਜ਼ ਗਰਾਊਂਡ ਦੇ ਵਿੱਚ ਪਹੁੰਚਦਾ ਕਰ ਦਿੱਤਾ ਜਾਵੇ ਮਾੜਾ ਹਿਲਦਾ ਸਮਾਨ
ਚੱਲ ਰਹੀ ਨੌਜਵਾਨਾਂ ਪਾਕ ਕਬੱਡੀ ਖੇਡ ਮੈਦਾਨ ਵਿੱਚ ਲਓ ਸਾਡੀ ਕਲੱਬ ਮੰਨੀਆਂ ਦੀ ਟੀਮ ਦੇ ਵੱਲੋਂ ਕਬੱਡੀ ਜਿਹੜੀ ਪੈਂਦੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਚਾਰ ਖਿਡਾਰੀ ਨੇ ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਜਿਹੜਾ ਸਖ਼ਤ ਹੁੰਦਾ ਹੋਇਆ ਪੱਟੀ ਹੋਈ ਖੋਜ ਨਾਲੇ ਲੱਗੀ ਹੋਈ ਕੈਂਚੀ ਕੇ ਗੁੱਟ ਤੋਂ ਫੜ ਕੇ ਕੈਂਚੀ ਲਾ ਲੈ ਪਕੜ ਬਣਾ ਲੈ ਲੱਤਾਂ ਦੀ ਮੁੜਿਆ ਗੰਢ ਬੈਠਕਾ ਲਾ ਲੈ ਕੌਡੀ ਹੋ ਗਈ ਲੱਖਾਂ ਦੀ ਲੱਖਾਂ ਦੀ ਗੱਲ ਦੂਰ ਕੌਡੀ ਹੋਈ ਕਰੋੜਾਂ ਦੀ ਲੱਖਾਂ ਦੀ ਗੱਲ ਦੂਰ ਕੌਡੀ ਹੋਈ ਕਰੋੜਾਂ ਦੀ ਐਸੀ ਕਰੋੜਾਂ ਦੀ ਜਿਹੜੀ ਖੇਡ ਮਾਂ ਖੇਡ ਕਬੱਡੀ ਪੰਜਾਬੀਆਂ ਦੀ ਮਦਰ ਖੇਡ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਿ ਜੁਗਾਂ ਜੁਗਾਂ ਤੋਂ ਕੰਨ ਪੰਜਾਬੀ ਪਿਆਰ ਕਬੱਡੀ ਨੂੰ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਸਭ ਖੇਡਾਂ ਦੀ ਮੰਨਦੇ ਆ ਸਰਦਾਰ ਕਬੱਡੀ ਨੂੰ ਜੁਗਾਂ ਜੁਗਾਂ ਤੋਂ ਕੰਨ ਪੰਜਾਬੀ ਪਿਆਰ ਕਬੱਡੀ ਨੂੰ ਪੰਜਾਬੀਆਂ ਦੀ ਹਰਮਨ ਪਿਆਰੀ ਪੰਜਾਬੀਆਂ ਦੀ ਮਕਬੂਲ ਖੇਡ ਮਾਂ ਖੇਡ ਕਬੱਡੀ ਲਓ ਸੰਧੂ ਚੱਠੇ ਵਾਲੇ ਮਨਪ੍ਰੀਤ ਨੇ ਅਸਲ ਦੇ ਜੱਫਾ ਲਾਤਾ ਬੱਲੀਆਂ ਦੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਜੱਤ ਸਿਕਿਉਰਿਟੀ ਵਾਲੇ ਸਾਡੇ ਵੀਰਾਂ ਦਾ ਵੀ ਧੰਨਵਾਦ ਹੈ ਆਪਣੀ ਸਮੁੱਚੀ ਟੀਮ ਦੇ ਨਾਲ ਪੁੱਜੇ ਹੋਇਆ ਤੇ ਖੇਡ ਮੈਦਾਨ ਵਿੱਚ ਪੂਰਾ ਕਬੱਡੀ ਪਾ ਰਿਹਾ ਕਿ ਉਹ ਤੋਂ ਮੱਥੇ ਤੇ ਜਾ ਕੇ ਜੇ ਲੰਡਨ ਵਿੱਚ ਬਦਲਾ ਲੈਂਦਾ ਨਾ ਅਸੀਂ ਹਿੱਕ ਤਾੜ ਕੇ ਤੁਰਦੇ ਨਾ ਸਾਨੂੰ ਮੰਗਲਾ ਕੋਈ ਪੰਜਾਬੀ ਕਹਿੰਦਾ ਨਾ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ ਖੇਡ ਮੈਦਾਨ ਵਿੱਚ ਨਾ ਕੋਈ ਹਿੱਕ ਵੱਡੀ ਤੇ ਇਸ ਵੇਲੇ ਮੁਕਾਬਲਾ ਜਿਹੜਾ ਸਖ਼ਤ ਨੰਬਰ ਸਾਡੀ ਕਲੱਬ ਮੰਨੀਆਂ ਦੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਜੁੜਦਾ ਹੋਇਆ ਫਿਰ ਤੋਂ ਇੱਕ ਵਾਰੀ ਬੇਨਤੀ ਕਰਾਂਗਾ ਵੀ BBS ਕਬੱਡੀ ਕਲੱਬ ਰੌਣਕੇ ਦੀ ਟੀਮ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੌਣਕੇ ਦੀ ਟੀਮ ਤੇ ਕੋਟਲੀ ਥਾਲ ਸਿੰਘ ਦੇ ਵਿਚਕਾਰ ਪਹਿਲਾ ਮੁਕਾਬਲਾ ਤੇ ਦੋਵੇਂ ਟੀਮਾਂ ਨੂੰ ਬੇਨਤੀ ਵੀ ਟੀਮਾਂ ਜਿਹੜੀਆਂ ਸਮੇਂ ਦੇ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣ ਚੱਲ ਰਹੀ ਮੱਖਣ ਸਿਆ ਪਾ ਕਬੱਡੀ ਨੌਜਵਾਨਾਂ ਹੈਲੋ ਰਾਜਾ ਜੀ ਇੱਧਰ ਬਹੁਤ ਹੀ ਸਤਿਕਾਰਯੋਗ ਪਰਜੀਤ ਸਿੰਘ ਪੰਮਾ ਜੀ ਨਵਾਜੀਪੁਰ ਵਾਲੀ ਸਾਡੇ ਕੋਲ ਵਜੇ ਹੈ ਜਿਹੜੇ ਗਰਮੀਆਂ ਦੇ ਤੇ ਸੀਜ਼ਨ ਦੇ ਵਿੱਚ ਕਿਤੇ ਲੀਗ ਕਰਾਉਂਦੇ ਹੈ ਛੋਟੇ ਵਰਗ ਦੇ ਜਿਹੜੇ ਵੱਡੀਆਂ ਗੇਮਾਂ ਖੇਡਦੀਆਂ ਹੈ ਤੇ ਇਹਨਾਂ ਦੇ ਤਰਾਸ਼ੇ ਹੋਏ ਖਿਡਾਰੀ ਜਿਹੜੇ ਹੈ ਅੱਜ ਨਵਾਜੀਪੁਰ ਦੇ ਖੇਡ ਮੈਦਾਨ 'ਚ ਪੁੱਜੇ ਹੈ ਸੋ ਧੰਨਵਾਦ ਹੈ ਸਾਰੇ ਰੱਬ ਵਰਗੇ ਖੇਡ ਪ੍ਰੇਮੀਆਂ ਦਾ ਜਿਹੜੇ ਸਮੇਂ 'ਚੋਂ ਸਮਾਂ ਕੱਢ ਕੇ ਇਸ ਵੀਹਵੇਂ ਸਾਲਾਨਾ ਕਬੱਡੀ ਕੱਪ 'ਚ ਪੁੱਜੇ ਹੈ ਨਵਾਜੀਪੁਰ ਦੇ ਸਾਰੇ ਪ੍ਰਬੰਧਕ ਵੀਰਾਂ ਵੱਲੋਂ ਸਾਰੇ ਖੇਡ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ ਖੇਡ ਦੇ ਮੈਦਾਨ ਵਿੱਚ ਨਵਾਜੀਪੁਰ ਦਾ ਮੈਚ ਜਿਹੜਾ ਵਧੀਆ ਖੇਡਿਆ ਜਾ ਰਿਹਾ ਹੈ ਇੱਧਰ ਬਿੱਦੂ ਭਾਜੀ ਸਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਬਿੱਟੂ ਜੀ ਫਗਵਾੜੇ ਵਾਲੇ ਵੀ ਪੁੱਜੇ ਹੋਏ ਹੈ ਸੋ ਸਾਡੇ ਇੱਕ ਸਤਿਕਾਰਯੋਗ ਵੀਰ ਹੈ ਜਿਹੜੇ ਖੇਡ ਕਬੱਡੀ ਨੂੰ ਵੱਡਾ ਤਿਆਰ ਕਰਦੇ ਹੈ ਤੇ ਹਾਸਮਾ ਲਾਡਾ ਜੀ ਹੋਇਆ ਹਾਸਮਾ ਇੱਕ ਮੈਡਲ ਚੁੱਕਿਆ ਤੇ ਗੱਲ ਰਾਜਾ ਕਲਿਆਣ ਦੀ ਕਰਦੇ ਜ਼ਰੂਰ ਆਪਾਂ ਨੰਬਰ ਜਿਹੜੇ ਦੱਸ ਦਈਏ ਦੋਨਾਂ ਟੀਮਾਂ ਦੇ ਵਿਚਕਾਰ ਮੁਕਾਬਲਾ ਜਿਹੜਾ ਬੜਾ ਰੌਚਕ ਖੇਡਿਆ ਜਾ ਰਿਹਾ ਇਹ ਵੀ ਸਾਡਾ ਵੀਰ ਮੈਂ ਕਿਹਾ ਸਪੈਸ਼ਲ ਨੰਬਰ ਲਿਖਣ ਦੇ ਲਈ ਆਇਆ ਸੀ ਇਹਦਾ ਵੀ ਧੰਨਵਾਦ ਹੈ ਨਵਾਜੀਪੁਰ ਦੀ ਟੀਮ ਦੇ 12.5 ਨੰਬਰ ਤੇ ਸਾਡੀ ਕਲੱਬ ਮੰਨੀਆਂ ਦੀ ਟੀਮ ਦੇ 8 ਨੰਬਰ ਹੁਣ 12.5 ਤੋਂ 13.5 ਹੋਣਗੇ ਜਾਂ ਫਿਰ ਕਹਿੰਦੇ ਵੀ 8 ਤੋਂ 9 ਪਰ ਦੇਖੋ ਨਰਵੈਰ ਸਿੰਘ ਤੇ ਉਹਦੇ ਵਿਚਕਾਰ ਟੱਕਰ ਹੈ ਤੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਨੰਬਰ ਨਵਾਜੀਪੁਰ ਦੀ ਟੀਮ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਕਬੱਡੀ ਕਲੱਬ ਨਵਾਜੀਪੁਰ ਦੀ ਟੀਮ ਦੇ ਲਈ 1 ਨੰਬਰ ਹੋਰ ਖੇਡ ਮੈਦਾਨ ਦੇ ਵਿੱਚ ਜਿਹੜਾ ਜੁੜਦਾ ਹੋਇਆ ਤੇ ਚੱਲ ਰਹੀ ਇਕਬਾਲ ਤੇ ਆਪਾਂ ਕਬੱਡੀ ਨੌਜਵਾਨਾਂ ਇਕਬਾਲ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਨਵਾਜੀਪੁਰ ਦੀ ਟੀਮ ਦੇ ਵੱਲੋਂ ਕਬੱਡੀ ਜਿਹੜੀ ਪੈ ਚੁੱਕੀ ਐਨ ਮੁੰਡਾ ਤੀਰ ਵਾਂਗੂ ਆਇਆ ਤੇ ਕਮਾਨ ਵਾਂਗੂ ਝੁਕਿਆ ਪਿਆ ਵੀ ਕੋਈ ਲੱਤੀ ਨਾ ਬਣ ਜਾਵੇ ਕਦੇ ਸੱਜੇ ਕਦੇ ਖੱਬੇ ਟੱਚ ਲਾਉਣ ਦਾ ਯਤਨ ਨਾ ਮੁਕਾਬਲਾ ਹੋ ਗਿਆ ਉਹ ਭੱਜ ਪਿਆ ਖੇਡ ਮੈਦਾਨ ਦੇ ਵਿੱਚ ਨੰਬਰ ਨਵਾਜੀਪੁਰ ਦੀ ਟੀਮ ਦੇ ਲਈ ਬੱਬੀ ਕਲਾਬ ਨੇ ਵਿਸਲ ਮਾਰੀ ਹੈ ਰੰਮੀ ਜੀ ਵਾਹ ਕਰਕੇ ਵੀ ਨੰਬਰ ਜਿਹੜਾ ਇਸ ਵੇਲੇ ਜਿਹੜਾ ਰੇਟਰ ਦਾ ਨੰਬਰ ਜਿਹੜਾ ਧਾਰੀ ਦਾ ਤੇ ਚੱਲਦੀ ਨੌਜਵਾਨਾਂ ਪਾ ਕਬੱਡੀ ਆਓ ਖੇਡ ਮੈਦਾਨ ਦੇ ਵਿੱਚ ਕਬੱਡੀ ਜਿਹੜੀ ਫਿਰ ਸਾਬੀ ਕਲੱਬ ਸਾਬੀ ਮੱਲੀਆਂ ਵਾਲਾ ਜਿਹਦੀਆਂ ਯਾਦਾਂ ਨੇ ਕਬੱਡੀ ਦਾ ਐਨ ਕਿਤੇ ਵੀ ਮਹਾਨ ਖਿਡਾਰੀ ਛੋਟੀ ਉਮਰ ਦੇ ਵਿੱਚ ਭੱਟੀਆਂ ਮੱਲਾਂ ਮਾਰਨ ਵਾਲਾ ਸਾਬੀ ਮੱਲੀਆਂ ਵਾਲਾ ਉਹਨੂੰ ਯਾਦ ਕੀਤਾ ਜਾ ਰਿਹਾ ਇੱਕ ਇੰਟਰਵਿਊ ਦੁੱਲੇ ਦੀ ਹੋਈ ਸੀ ਕੈਨੇਡਾ ਵਿੱਚ ਤੇ ਦੁੱਲੇ ਨੇ ਦੱਸਿਆ ਵੀ ਮੈਂ ਜਦੋਂ ਮੈਨੂੰ ਜੱਫਾ ਲੱਗਦਾ ਸੀ ਤਾਂ ਮੈਂ ਸਾਬੀ ਭਾਜੀ ਨੂੰ ਪੁੱਛਦਾ ਸੀ ਆਪਣਾ ਆਦਰਸ਼ ਮੰਨਦਾ ਦੁੱਲਾ ਬੱਗਿਆ ਵਾਲਾ ਸਾਬੀ ਮੱਲੀਆਂ ਵਾਲੇ ਨੂੰ ਬਹੁਤੀਆਂ ਯਾਦਾਂ ਨੇ ਅੱਜ ਮੱਲੀਆਂ ਦੀ ਟੀਮ ਖੇਡਦੀ ਹੈ ਬੋਕਾ ਵੀ ਖੇਡੂਗਾ ਖੇਡ ਮੈਦਾਨ ਵਿੱਚ ਐਨ ਕਬੱਡੀ ਦੇ ਮਹਾਨ ਖਿਡਾਰੀ ਰਮਨ ਵਰਗੇ ਮੱਲੀਆਂ ਨੇ ਪੈਦਾ ਕੀਤੇ ਮੇਰੇ ਵੀਡੀਓ ਕਬੱਡੀ ਜਗਤ ਦੇ ਵਿੱਚ ਨਾਮ ਅੰਗਰੇਜ਼ ਵੀ ਥੋੜੇ ਸਮੇਂ ਤੱਕ ਫਿਰ ਪੰਜਾਬ ਦੀ ਧਰਤੀ ਤੇ ਆਵੇਗਾ ਖੇਡੇਗਾ ਕਬੱਡੀ ਕੱਪਾਂ ਦੇ ਵਿੱਚ ਸ਼ਾਹਕੋਟ ਦੀ ਟੀਮ ਦਾ ਮਹਾਨ ਖਿਡਾਰੀ ਮੱਲੀਆਂ ਪਿੰਡ ਨੂੰ ਮਾਰ ਜਾਂਦਾ ਤੇ ਲਓ ਮੱਲੀਆਂ ਵਾਲੇ ਰਪਿੰਦਰ ਢਾਕੀ ਦੀ ਕਬੱਡੀ ਖੇਡ ਦੇ ਮੈਦਾਨ ਚ ਪੈਂਦੀ ਐਨ ਮੁਕਾਬਲਾ ਸਖ਼ਤ ਹੈ ਫੜੀ ਹੋਈ ਪਾਏ
ਕਾਕੀ ਜੀ ਮਾਂ ਬੇਟੀ ਦੀ ਧੂੜ ਤੇ ਨੰਬਰ ਰਪਿੰਦਰ ਸਿੰਘ ਕਾਕੀ ਮੱਲੀਆ ਵਾਲੇ ਨੇ ਆਪਣੀ ਟੀਮ ਨੇ ਜੋੜ ਦਿੱਤਾ। ਫਿਰ ਤੋਂ ਬੇਨਤੀ ਹੈ ਡੀਵੀਐਸ ਕਬੱਡੀ ਕਲੱਬ ਰੌੜਕੇ ਦੀ ਟੀਮ ਤੇ ਕੋਟਲੀ ਖਾਲ ਸਿੰਘ ਦੀਆਂ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣ। ਦੋਨਾਂ ਟੀਮਾਂ ਦੇ ਵਿਚਕਾਰ ਪਹਿਲਾ ਮੁਕਾਬਲਾ ਖੇਡਿਆ ਜਾਣਾ। ਲਓ ਜੱਸੀ ਨੇ ਕਬੱਡੀ ਜਿਹੜੀ ਖੇਡ ਮੈਦਾਨ ਦੇ ਵਿੱਚ ਪਾ ਦਿੱਤੀ, ਪਰ ਨੰਬਰ ਐਸੇ ਨੇ ਜਿਹੜਾ ਇਹ ਵੀ ਜੱਸੀ ਦੇ ਹਿੱਸੇ ਵਿੱਚ ਨਵਾਜੀਪੁਰ ਦੀ ਟੀਮ ਦੇ ਲਈ ਕਿ ਚਿੱਤ ਨਹੀਂ ਉਹ ਬੰਦੇ ਨੂੰ ਡਲਾਉਣਾ ਚਾਹੀਦਾ, ਮਿੱਥਿਆ ਮਤਾਬ ਖੁਦਾ ਪਾਉਣਾ ਚਾਹੀਦਾ, ਰੱਖ ਲੱਖੇ ਸਿਧਵਾ ਭਰੋਸਾ ਰੱਬ ਤੇ, ਕਰ ਮਿਹਨਤਾਂ ਹੀ ਹੁੰਦੀਆਂ ਚੜ੍ਹਾਈਆਂ ਜਗ ਤੇ, ਕਰ ਮਿਹਨਤਾਂ ਹੀ ਹੁੰਦੀਆਂ ਚੜ੍ਹਾਈਆਂ ਜਗ ਤੇ। ਹਰ ਫੀਲਡ ਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ, ਹਰ ਫੀਲਡ ਦੇ ਵਿੱਚ ਫਿਰ ਤਰੱਕੀਆਂ ਮਿਲਦੀਆਂ ਮੇਰੇ ਵੀਰੋ। ਆਹ ਪੂਰੇ ਮੱਲੀਆਂ ਵਾਲੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਂਦੀ ਤੇ ਕੀ ਫੈਸਲਾ ਲਾਗੇਗਾ ਵੀ ਨੰਬਰ ਜਿਹੜਾ ਇਹ